ਭਾਈ ਜੀ, ਅਸੀਂ ਕਨੇਡਾ ਤੋਰਿਆ ਜੀ ਬੱਚਾ, ਅਤੇ ਪਹਿਲਾਂ ਗੁਟਕਾ ਤੋਰ ਕੇ ਹਟੇ ਹਾਂ। 40-45 ਲੱਖ ਰੁਪਇਆ ਬੈਂਕ ਤੋਂ ਕਰਜ਼ਾ ਲਿੱਤਾ ਸੀਗਾ ਜੀ, ਉਹਦੀ ਹਾਰਟ ਅਟੈਕ ਨਾਲ ਉੱਥੇ ਮੌਤ ਹੋ ਗਈ ਜੀ। ਕਰਕੇ ਗਰੀਬੀ ਹਾਲਤ 'ਚ ਅਸੀਂ ਬੈਂਕ ਤੋਂ ਕਰਜ਼ਾ ਲਿੱਤਾ, 40-45 ਲੱਖ ਰੁਪਇਆ ਦੋਨਾਂ ਬੱਚੇ ਲਾ ਕੇ ਤੋਰੇ ਸੀ ਜੀ। ਇਹ ਬੈਂਡ ਸੁਣ ਕੇ ਤਸਵੀਰਾਂ ਦੇਖੀਆਂ, ਪਤਾ ਤਾਂ ਲੱਗ ਹੀ ਗਿਆ ਹੋਵੇਗਾ ਕਿ ਕਿਸੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਇੱਕ ਮਾਂ ਦੇ ਲਈ ਪੁੱਤ ਦੀ ਮੌਤ ਦਾ ਦੁੱਖ ਸਹਾਰਨਾ ਮਰਨ ਦੇ ਉੱਪਰ, ਜਿੱਥੇ ਮਾਂ ਆਪਣੇ ਪੁੱਤ ਦੇ ਵਿਆਹ ਦੇ ਸੁਪਨੇ ਦੇਖਦੀ ਸੀ, ਉੱਥੇ ਹੀ ਉਸਨੂੰ ਪੁੱਤ ਦੀ ਮ੍ਰਿਤਕ ਦੇਹ ਨੂੰ ਤਿਆਰ ਕਰਨਾ। ਜਿਵੇਂ ਮਾਪਿਆਂ ਨੇ ਲਾਡਾਂ ਦੇ ਨਾਲ ਪਾਲਿਆ ਜਵਾਨ ਪੁੱਤ ਦਸ ਦਿਨ ਪਹਿਲਾਂ ਖੁਸ਼ੀ ਦੇ ਨਾਲ ਕੈਨੇਡਾ ਭੇਜਿਆ ਸੀ, ਪਰ ਕੀ ਪਤਾ ਸੀ ਇਹ ਦਿਨ ਵੀ ਦੁਖੀ ਹੋਣਗੇ। ਇਹ ਦੁਖਦ ਖਬਰ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌਰ ਦੇ ਪਿੰਡ ਸੰਧੂ ਕੋਲ ਆਈ ਹੈ, ਜਿੱਥੋਂ 10 ਦਿਨ ਪਹਿਲਾਂ 17 ਸਾਲਾ ਜਗਜੀਤ ਸਿੰਘ ਰੋਟੀ ਰੋਟੀ ਕਮਾਉਣ ਤੇ ਆਪਣੇ ਭਵਿੱਖ ਨੂੰ ਬਿਹਤਰ ਕਰਨ ਦੀ ਉਮੀਦ ਹੈ। ਵੈਸੇ ਤਾਂ ਅੱਜ ਕੱਲ ਹਰ ਨੌਜਵਾਨ ਬਾਹਰ ਜਾਣ ਦਾ ਸ਼ੌਕੀਨ ਹੈ, ਇਸੇ ਤਰ੍ਹਾਂ ਹੀ ਜਗਜੀਤ ਦਾ ਵੀ ਸੁਪਨਾ ਸੀ ਕਿ ਬਾਹਰ ਜਾਵੇ, ਜੋ ਉਸਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਪੂਰਾ ਕੀਤਾ। ਆਪਣੇ ਇਕਲੌਤੇ ਪੁੱਤ ਨੂੰ ਬਾਹਰ ਭੇਜਣਾ ਸੌਖਾ ਤਾਂ ਨਹੀਂ ਹੁੰਦਾ, ਪਰ ਬੱਚਿਆਂ ਦੀ ਜਿੱਦ ਕੇ ਮਾਪਿਆਂ ਨੂੰ ਹਾਰਨਾ ਪੈਂਦਾ। ਜਗਜੀਤ ਸਿੰਘ ਨੂੰ ਗਏ ਅਜੇ 10 ਹੀ ਦਿਨ ਸਿੱਧੂ ਦਾ ਦੌਰਾ ਪੈਣ ਕਾਰਨ ਉਸਦੀ ਉੱਥੇ ਮੌਤ ਹੋ ਗਈ। ਜਦੋਂ ਇਹ ਦੁੱਖ ਦੀ ਖਬਰ ਘਰਦਿਆਂ ਦੇ ਕੰਨਾਂ ਤੱਕ ਪਹੁੰਚੀ ਤਾਂ ਉਹਨਾਂ ਦੇ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਗਿਆ। ਰੋਂਦੀ ਬੇਬੇ ਦੇ ਕੀਰਨੀ ਦਿਲ ਨੂੰ ਝੰਜੋੜ ਦਿੰਦੇ। ਇਹ ਤਾਂ ਸਾਰੇ ਭਲੀ ਭਾਂਤ ਜਾਣਦੇ ਹਨ ਕਿ ਦਾਦਾ ਦਾਦੀ ਵੀ ਆਪਣੇ ਪੋਤਰੇ ਪੋਤਰੀਆਂ ਨੂੰ ਸਭ ਤੋਂ ਵੱਧ ਪਿਆਰ ਕਰਦੇ ਹੁੰਦੇ। ਜਦ ਉਹਨਾਂ ਸਾਹਮਣੇ ਉਹਨਾਂ ਦਾ ਜਵਾਨ ਪੋਤਰਾ ਜਹਾਨ ਤੋਂ ਉੱਤਰ ਜਾਵੇ ਤਾਂ ਦਿਲੇ ਚਾ ਬਾਹਰ ਆਉਣ ਨੂੰ ਕਰਦਾ ਹੈ। ਜਗਜੀਤ ਦੇ ਘਰਦਿਆਂ ਨੇ ਦੱਸਿਆ ਕਿ ਉਹਨਾਂ ਦੇ ਇਕਲੌਤੇ ਪੁੱਤ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹਨਾਂ ਦੱਸਿਆ ਕਿ 4 ਮਹੀਨੇ ਪਹਿਲਾਂ ਜਗਜੀਤ ਦੀ ਭੈਣ ਦੀ ਕੈਨੇਡਾ ਪੜ੍ਹਨ ਗਈ, ਜਿਸ ਤੋਂ ਬਾਅਦ ਜਗਜੀਤ ਨੂੰ ਕੈਨੇਡਾ ਭੇਜ ਦਿੱਤਾ। ਜਗਜੀਤ ਦੇ ਚਾਚਾ ਜਗਸੀਰ ਸਿੰਘ ਨੇ ਕਿਹਾ ਕਿ ਬੱਚਾ ਤੋਰਿਆ ਤਾਂ ਬੜੀ ਚਾਹਾਂ ਦੇ ਨਾਲ ਸੀ, ਪਰ ਕੀ ਪਤਾ ਸੀ ਕਿ ਮੰਦਭਾਗੀ ਘਰ ਜਿੱਥੇ ਮਿਲਿਆ। ਉਹਨਾਂ ਨੇ ਦੱਸਿਆ ਕਿ ਬੜੇ ਕਰਜ਼ੇ ਤੋਂ ਕੇ ਜਗਜੀਤ ਨੂੰ ਕੈਨੇਡਾ ਭੇਜਿਆ ਸੀ। ਪਰਿਵਾਰ ਨੇ ਬੈਂਕ ਤੋਂ 35 ਲੱਖ ਰੁਪਏ ਅਤੇ ਆਰਡੀ ਤੋਂ 11 ਲੱਖ ਰੁਪਏ, ਯਾਨੀ ਕਿ ਲਗਭਗ 46 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਦੋਵਾਂ ਨੂੰ ਬਾਹਰ ਭੇਜਿਆ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਜਗਜੀਤ ਦਾ ਅੰਤਿਮ ਸੰਸਕਾਰ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ। ਇਸ ਮੌਕੇ ਗੁਆਂਢੀ ਬੇਅੰਤ ਸਿੰਘ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਦੁਖੀ ਹਿਰਦੇ ਦੇ ਨਾਲ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਵੱਲੋਂ ਚੁੱਕਿਆ ਕਰਜ਼ਾ ਨਾ ਹੋ ਸਕੇ। ਚਾਹੁੰਦਾ ਜੀ, ਮੱਧ ਘਟਨਾ 'ਚ ਬੱਚਾ ਤੋਰਿਆ ਸੀ ਜੀ ਕਨੇਡਾ 'ਚ 14 ਤਰੀਕ ਨੂੰ, 10 ਦਿਨ ਹੋਏ ਜੀ ਉਹਦਾ ਅਟੈਕ ਨਾਲ ਉਹਦੀ ਮੌਤ ਹੋ ਗਈ ਜੀ। ਬਾਈ ਜੀ, ਅਸੀਂ ਕਨੇਡਾ ਤੋਰਿਆ ਸੀ ਬੱਚਾ, ਅਤੇ ਪਹਿਲਾਂ ਗੁਟਕਾ ਤੋਰ ਕੇ ਹਟੇ ਹਾਂ। 40-45 ਲੱਖ ਰੁਪਇਆ ਬੈਂਕ ਤੋਂ ਕਰਜ਼ਾ ਲਿੱਤਾ ਸੀਗਾ ਜੀ, ਉਹਦੀ ਹਾਰਟ ਅਟੈਕ ਨਾਲ ਉੱਥੇ ਮੌਤ ਹੋ ਗਈ ਜੀ। ਕਰਕੇ ਗਰੀਬੀ ਹਾਲਤ 'ਚ ਅਸੀਂ ਬੈਂਕ ਤੋਂ ਕਰਜ਼ਾ ਲਿੱਤਾ, 40-45 ਲੱਖ ਰੁਪਇਆ ਦੋਨਾਂ ਬੱਚੇ ਲਾ ਕੇ ਤੋਰੇ ਸੀ ਜੀ। ਅਸੀਂ ਸਰਕਾਰ ਇਹ ਅਪੀਲ ਕਰਦੇ ਜੀ, ਸਾਡੀ ਆਰਥਿਕ ਮਦਦ ਕੀਤੀ ਜਾਵੇ ਜੀ। ਅਤੇ ਸਾਡੇ ਗੁਆਂਢੀ ਅਜਮੇਰ ਸਿੰਘ, ਇਹਨੇ ਆਪਦਾ ਪੋਤਾ ਅਤੇ ਪਹਿਲਾਂ ਪੋਤੀ ਤੋਰੀ ਹੈ ਜੀ, ਅਤੇ ਬਾਅਦ 'ਚ ਇਹਨੇ ਆਪਦਾ ਪੋਤਾ ਤੋਰਿਆ। ਕੋਈ 25-30 ਲੱਖ ਬੈਂਕਾਂ ਤੋਂ ਕਰਜ਼ਾ ਲਿਆ, ਕੁਛ ਮਤਲਬ ਕਰਜ਼ਾ ਆੜ੍ਹਤੀਆਂ ਦਾ ਹੈ। ਉੱਥੇ ਜਾ ਕੇ ਬੱਚੇ ਦੀ ਹਾਰਟ ਅਟੈਕ ਹੋਣ ਨਾਲ ਡੈਥ ਹੋ ਗਈ। ਪਰਿਵਾਰ ਨੂੰ ਬਹੁਤ ਸਸਮਾ ਲੱਗਿਆ ਜੀ, ਅੱਗ ਦੁਖੀ ਹੈ ਪਰਿਵਾਰ। ਅਤੇ ਇਸ ਵਿੱਚ ਉਹ ਸਰਕਾਰ ਵੱਲੋਂ ਇੱਕ ਹੱਥ ਬੰਨ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਸਰਕਾਰ ਕੁਛ ਇਸ ਪਰਿਵਾਰ ਦੀ ਬਾਂਹ ਫੜੇ, ਆਰਥਿਕ ਮਦਦ ਜ਼ਰੂਰ ਕਰੇ, ਅਤੇ ਪਰਿਵਾਰ ਨੂੰ ਜੋ ਦਸਮਾ ਲੱਗਿਆ ਉਹਦੇ ਵਿੱਚੋਂ ਕੁਛ ਆਪ ਪਰਿਵਾਰ ਵਿੱਚੋਂ ਨਿਕਲੇ। ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦੇ, ਉਹਨਾਂ ਦਾ ਇਕੱਲਾ ਇਕਲੌਤਾ ਪੁੱਤ ਸੀਗਾ ਜੀ, ਬਹੁਤ ਚਾਵਾਂ ਲਾਡਾਂ ਨਾਲ ਮਸਾਂ ਪਰਮਾਤਮਾ ਤੋਂ ਲਿੱਤਾ ਸੀ ਸੁੱਖਾਂ ਸੁੱਖ ਸੁੱਖ ਕੇ, ਪਰ ਰੱਬ ਨੇ ਐਡਾ ਕਹਿਰ ਢਾਇਆ ਨਾ ਬਰਦਾਸ਼ਤ ਕਰਨ ਯੋਗ ਕਰਾਈ। ਬਹੁਤ ਮਤਲਬ ਦੁੱਖ ਲੱਗੇ ਜੀ, ਸਾਨੂੰ ਬੁਰਾ ਹਾਲ ਆਈ ਪਰਿਵਾਰ ਦਾ, ਦੱਸ ਨਹੀਂ ਸਕਦੇ ਤੁਹਾਡੇ ਸਾਹਮਣੇ ਆਈ। ਕਦੋਂ ਗਿਆ ਸੀ ਵਿਦੇਸ਼ ਜੀ? ਵਿਦੇਸ਼ ਜੀ ਅੱਜ ਤੋਂ 10-12 ਦਿਨ ਪਹਿਲਾਂ ਗਿਆ ਸੀ, ਆਪਣੇ ਮਾਤਾ ਦੇ ਨਾਲ ਹੀ ਗਿਆ ਸੀ। ਪਰਿਵਾਰ ਦੇ ਵਿੱਚ ਦਾਦਾ ਦਾਦੀ ਰਹਿ ਗਏ, ਇੱਕ ਚਾਚਾ ਚਾਚੀ ਹੈ ਜੀ,
ਮਾਹੀ ਆਹੀ ਕਰਦੇ ਹਾਂ ਜੀ। ਬਹੁਤ ਮੰਨ ਲਾ ਤਕਲੀਫ ਦੇ ਨਾਲ ਕਰਜ਼ਾ ਚੱਕਿਆ ਸਰਕਾਰ ਆੜ੍ਹਤੀਆਂ ਤੋਂ ਜੀ, ਬੈਂਕਾਂ ਤੋਂ ਕਰਜ਼ਾ ਲੈ ਕੇ ਲੋਨ ਵਗੈਰਾ ਕਰਕੇ ਪਹਿਲਾਂ ਲੜਕੀ ਤੋਂ ਹੀ ਹੈ ਜੀ, ਉਦੋਂ ਬਾਅਦ ਮੰਨ ਲਾ ਮੁੰਡਾ ਤੋਰਿਆ ਇਹ ਜਿਹੜੇ ਦੀ ਗੱਲ ਕਰਦੇ ਆਪਾਂ ਜੀ, ਵੀ ਜਾਣ ਸਰ ਜੀ ਇਹ ਕੰਮ ਹੋ ਗਿਆ। ਹੁਣ ਸਰਕਾਰ ਤੋਂ ਆਰਥਿਕ ਤੌਰ 'ਤੇ ਮਦਦ ਕਰ ਵੱਧ ਤੋਂ ਵੱਧ ਮਦਦ ਕੀਤੀ ਹੈ ਤਾਂ ਇੰਨੀ ਥੋੜ੍ਹੀ ਹੈ ਜੀ। ਪਰਿਵਾਰ ਇਸ ਸਮੇਂ ਦੁੱਖਾਂ ਦੇ ਪਹਾੜ ਤੇ ਇਸ ਗੱਲ ਨੂੰ ਲੈ ਕੇ ਉਹ ਹਮੇਸ਼ਾ ਖੁਦ ਨੂੰ ਕੋਸਦੇ ਰਹਿਣਗੇ ਕਿ ਕਾਸ਼ ਪੁੱਤ ਨੂੰ ਬਾਹਰ ਨਾ ਭੇਜਣ, ਤਾਂ ਜੋ ਉਹਨਾਂ ਦਾ ਪੁੱਤ ਉਹਨਾਂ ਦੇ ਕੋਲ। ਬਾਕੀ ਰੱਬ ਦਾ ਭਾਣਾ ਮੰਨ ਕੇ ਉਹਨਾਂ ਨੂੰ ਹੁਣ ਸਾਰੇ ਜ਼ਿੰਦਗੀ ਕਰਦੇ ਹੋਏ ਲੰਘਾਉਣ ਜ਼ਰੂਰੀ ਹੋ ਜਾਵੇ।